ਉੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜ੍ਹੇ ਹੋਣਗੇ। ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ, ਲੋਕਤੰਤਰਿਕ ਹੱਕ ਹੈ, ਜਿਹੜੀ ਮਰਜ਼ੀ ਪਾਰਟੀ ਨਾਲ ਖੜੋ। ਪਰ ਇੱਕ ਮੈਂ ਬੇਨਤੀ ਕਰਦਾ, ਭਾਵੇਂ ਜਿਹਨੂੰ ਮਰਜ਼ੀ ਪਾਓ ਪਰ ਆਪਦੀ ਮਰਜ਼ੀ ਨਾਲ ਪਾਓ, ਕਿਸੇ ਮਾਮੇ ਫੁੱਫੜ ਦੇ ਕਹਿਣ 'ਤੇ ਨਾ ਪਾਓ, ਕਿਸੇ ਤੋਂ ਪੈਸੇ ਲੈ ਕੇ ਜਾਂ ਦਾਰੂਆਂ ਲੈ ਕੇ ਜੇ ਉਹ ਨਹੀਂ ਪਾਓ। ਇਹ ਹੁਣ ਫਿਰ ਆਉਣਗੇ, ਹੁਣ ਬੰਡਰ ਸਾਡੇ ਕੋਲ ਤਾਂ ਹੈ ਨਹੀਂ, ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ। ਆਹ ਬੋਰਡ, ਆਹ ਜਿਹੜਾ ਬੋਰਡ ਹੈ, ਮੈਨੂੰ ਲੱਗਦਾ ਵੀ 150-200 ਸਾਲ ਤਾਂ ਪੁਰਾਣਾ ਹੋਊਗਾ, 100 ਸਾਲ ਹੋਊਗਾ। ਕਿੰਨੇ ਤੂਫਾਨ ਅਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣਗੀਆਂ, ਫਿਰ ਵੀ ਕਿਉਂ ਖੜਾ? ਜੜ੍ਹਾਂ ਨਾਲ ਜੁੜਿਆ ਹੋਇਆ, ਗਮਲੇ ਵਾਲੇ ਬੂਟੇ ਜਿਹੜੇ ਨੇ ਛੋਟੀ ਜਿਹੀ ਹਨੇਰੀ ਨਾਲ ਹੀ ਡਿੱਗ ਪੈਂਦੇ ਨੇ, ਇਹਦੀਆਂ ਜੜ੍ਹਾਂ ਨੇ। ਮੈਂ ਪਿੰਡਾਂ ਨਾਲ ਜੁੜਿਆ ਹੋਇਆ, ਆਹ ਸਤੌਜ ਮੇਰਾ ਗੁਜਰਾਂ 'ਚ ਸਾਡੀਆਂ 10-11 ਰਿਸ਼ਤੇਦਾਰੀਆਂ ਸਤੌਜ ਨੇ, ਇੱਥੋਂ ਕੁੜੀਆਂ ਵਿਆਹੀਆਂ ਨੇ, ਸਾਡੇ ਪਿੰਡੋਂ ਕੁੜੀਆਂ ਇੱਥੇ ਵਿਆਹੀਆਂ ਨੇ, ਹੈ ਨਾ। ਪੱਤਲਾਂ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ, ਸੋ ਆਪਾਂ ਤਾਂ ਆਪਣੇ ਪਿੰਡ ਆ ਯਾਰ, ਤੁਸੀਂ ਤਾਂ ਮੇਰੇ ਚਾਚੇ ਤਾਏ ਹੋ, ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ, ਇਹਨਾਂ ਨੇ ਕੀ ਕੀਤਾ ਸੀ? ਅੱਛਾ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ? ਪਹਿਲਾਂ ਆਉਂਦੇ ਹੀ ਨਹੀਂ ਸੀਗੇ, ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰਦੇ, ਲੋਕਾਂ ਨੇ ਬਾਹਰੋਂ ਲਾਤੇ। ਤੁਹਾਡੇ ਨਾਲ ਆ, ਤੁਹਾਡੇ ਵਰਗੇ ਅਸੀਂ ਰਹਾਂਗੇ। ਪਰਿਵਾਰਾਂ 'ਚ ਦੁੱਖ ਆ ਗਿਆ, ਚਲੋ ਪਰਮਾਤਮਾ ਦਾ ਭਾਣਾ, ਆਪਾਂ ਬਦਲ ਨਹੀਂ ਸਕਦੇ, ਜੋ ਮਿੱਠਾ ਜਾਣਨਾ ਪੈਂਦਾ ਭਾਣੇ ਨੂੰ। ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ, ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂੰਗਾ, ਅਤੇ ਬੇਨਤੀ ਤੁਹਾਨੂੰ ਵੀ ਕਰੂੰਗਾ, ਕਿਰਪਾ ਕਰਕੇ ਜੇ ਥੋੜ੍ਹਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੇ, ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਇੱਥੇ ਚਿੱਟਾ ਆਉਂਦਾ, ਮੈਨੂੰ ਮੁੰਡਿਆਂ ਨੇ ਦੱਸਿਆ, ਮੈਂ ਮੁੰਡੇ ਦਾ ਨਾਂ ਨਹੀਂ ਲੈਂਦਾ, ਮੈਂ ਉਹਨੂੰ ਕਹਿੰਦਾ ਲਿਖ ਕੇ ਦੇ ਦੇ ਕਿੰਨੇ ਵਜੇ ਆਉਂਦਾ, ਕਿੱਥੇ ਆਉਂਦਾ, ਕੱਲ੍ਹ ਨੂੰ ਅੰਦਰ ਜਿਹੜੇ ਲੋਕਾਂ ਦੇ ਘਰ ਬਰਬਾਦ ਕਰਦੇ ਆ, ਉਹਨਾਂ ਨੂੰ ਕਿਉਂ ਛੱਡੀਏ ਆਪਾਂ? ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ ਅਤੇ ਕੀ ਸਾਰਾ ਕੁਛ, ਥੋੜ੍ਹਾ ਜਿਹਾ ਦੱਸ ਦਿਆ ਕਰੋ, ਪਹਿਲਾਂ ਕਰ ਲੈਂਦੇ ਪ੍ਰਬੰਧ। ਚਲੋ ਬਾਈ ਜੀ, ਸਿੱਟ ਬਣਾਈ ਹੈ, ਇੱਕ ਵੀ ਬੰਦਾ ਮੈਂ ਕਹਿੰਦਾ ਇਕੱਲੇ ਇੱਥੇ ਵਾਲੇ ਨੂੰ, ਹੋ ਸਕਦਾ ਇਹ ਫਰੀਦਕੋਟ ਵੀ ਦੇਖ ਲਓ, ਹੋ ਸਕਦਾ ਮੋਗੇ ਦੇਖ ਲਓ, ਹੋ ਸਕਦਾ ਤਰਨਤਾਰਨ ਵੀ ਇਹਦਾ ਕੰਮ ਹੋਵੇ, ਸਾਰਿਆਂ ਨੂੰ ਖੜਾਂਗੇ, 300 ਦਾ ਬੱਚਾ ਹੋਵੇ। ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜ੍ਹੇ ਹੋਣਗੇ, ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ, ਲੋਕਤੰਤਰਿਕ ਹੱਕ ਹੈ, ਜਿਹੜੀ ਮਰਜ਼ੀ ਪਾਰਟੀ ਨਾਲ ਖੜੋ। ਪਰ ਇੱਕ ਮੈਂ ਬੇਨਤੀ ਕਰਦਾ, ਭਾਵੇਂ ਜਿਹਨੂੰ ਮਰਜ਼ੀ ਪਾਓ ਪਰ ਆਪਦੀ ਮਰਜ਼ੀ ਨਾਲ ਪਾਓ, ਕਿਸੇ ਮਾਮੇ ਫੁੱਫੜ ਦੇ ਕਹਿਣ 'ਤੇ ਨਾ ਪਾਓ, ਕਿਸੇ ਤੋਂ ਪੈਸੇ ਲੈ ਕੇ ਜਾਂ ਦਾਰੂਆਂ ਲੈ ਕੇ ਜੇ ਉਹ ਨਹੀਂ ਪਾਓ। ਇਹ ਹੁਣ ਫਿਰ ਆਉਣਗੇ, ਹੁਣ ਬੰਡਰ ਸਾਡੇ ਕੋਲ ਤਾਂ ਹੈ ਨਹੀਂ, ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ। ਆਹ ਬੋਰਡ, ਆਹ ਜਿਹੜਾ ਬੋਰਡ ਹੈ, ਮੈਨੂੰ ਲੱਗਦਾ ਵੀ 150-200 ਸਾਲ ਤਾਂ ਪੁਰਾਣਾ ਹੋਊਗਾ, 100 ਸਾਲ ਹੋਊਗਾ। ਕਿੰਨੇ ਤੂਫਾਨ ਅਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣਗੀਆਂ, ਫਿਰ ਵੀ ਕਿਉਂ ਖੜਾ? ਜੜ੍ਹਾਂ ਨਾਲ ਜੁੜਿਆ ਹੋਇਆ, ਗਮਲੇ ਵਾਲੇ ਬੂਟੇ ਜਿਹੜੇ ਨੇ ਛੋਟੀ ਜਿਹੀ ਹਨੇਰੀ ਨਾਲ ਹੀ ਡਿੱਗ ਪੈਂਦੇ ਨੇ, ਇਹਦੀਆਂ ਜੜ੍ਹਾਂ ਨੇ। ਮੈਂ ਪਿੰਡਾਂ ਨਾਲ ਜੁੜਿਆ ਹੋਇਆ, ਆਹ ਸਤੌਜ ਮੇਰਾ ਗੁਜਰਾਂ 'ਚ ਸਾਡੀਆਂ 10-11 ਰਿਸ਼ਤੇਦਾਰੀਆਂ ਸਤੌਜ ਨੇ, ਇੱਥੋਂ ਕੁੜੀਆਂ ਵਿਆਹੀਆਂ ਨੇ, ਸਾਡੇ ਪਿੰਡੋਂ ਕੁੜੀਆਂ ਇੱਥੇ ਵਿਆਹੀਆਂ ਨੇ, ਹੈ ਨਾ। ਪੱਤਲਾਂ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ, ਸੋ ਆਪਾਂ ਤਾਂ ਆਪਣੇ ਪਿੰਡ ਆ ਯਾਰ, ਤੁਸੀਂ ਤਾਂ ਮੇਰੇ ਚਾਚੇ ਤਾਏ ਹੋ, ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ, ਇਹਨਾਂ ਨੇ ਕੀ ਕੀਤਾ ਸੀ? ਅੱਛਾ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ? ਪਹਿਲਾਂ ਆਉਂਦੇ ਹੀ ਨਹੀਂ ਸੀਗੇ, ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰਦੇ, ਲੋਕਾਂ ਨੇ ਬਾਹਰੋਂ ਲਾਤੇ। ਤੁਹਾਡੇ ਨਾਲ ਆ, ਤੁਹਾਡੇ ਵਰਗੇ ਅਸੀਂ ਰਹਾਂਗੇ। ਪਰਿਵਾਰਾਂ 'ਚ ਦੁੱਖ ਆ ਗਿਆ, ਚਲੋ ਪਰਮਾਤਮਾ ਦਾ ਭਾਣਾ, ਆਪਾਂ ਬਦਲ ਨਹੀਂ ਸਕਦੇ, ਜੋ ਮਿੱਠਾ
ਜਾਣਨਾ ਪੈਂਦਾ ਭਾਣੇ ਨੂੰ, ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ, ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂੰਗਾ ਅਤੇ ਬੇਨਤੀ ਤੁਹਾਨੂੰ ਵੀ ਕਰੂੰਗਾ, ਕਿਰਪਾ ਕਰਕੇ ਜੇ ਥੋੜ੍ਹਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡ ਆ ਕੰਮ ਚੱਲੀਏ, ਜਿਵੇਂ ਮੁੰਡਿਆਂ ਨੇ ਮੈਨੂੰ ਦੱਸਿਆ ਇੱਥੇ ਚਿੱਟਾ ਆਉਂਦਾ, ਮੈਨੂੰ ਮੁੰਡਿਆਂ ਨੇ ਦੱਸਿਆ, ਮੈਂ ਮੁੰਡੇ ਦਾ ਨਾਂ ਨਹੀਂ ਲੈਂਦਾ, ਮੈਂ ਉਹਨੂੰ ਕਹਿੰਦਾ ਲਿਖ ਕੇ ਦੇ ਦੇ ਕਿੰਨੇ ਵਜੇ ਆਉਂਦਾ, ਕਿੱਥੇ ਆਉਂਦਾ, ਕੱਲ੍ਹ ਨੂੰ ਅੰਦਰ ਜਿਹੜੇ ਲੋਕਾਂ ਦੇ ਘਰ ਬਰਬਾਦ ਕਰਦੇ ਆ ਉਹਨਾਂ ਨੂੰ ਕਿਉਂ ਛੱਡੀਏ ਆਪਾਂ, ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ ਅਤੇ ਕੀ ਸਾਰਾ ਕੁਝ, ਥੋੜ੍ਹਾ ਜਿਹਾ ਦੱਸ ਦਿਆ ਕਰੋ, ਪਹਿਲਾਂ ਕਰ ਲੈਂਦੇ ਪ੍ਰਬੰਧ। ਚਲੋ ਬਾਈ ਜੀ ਸਿੱਖ ਬਣਾਈ ਹੈ ਇੱਕ ਵੀ ਬੰਦਾ, ਮੈਂ ਕਹਿੰਦਾ ਇਕੱਲੇ ਇੱਥੇ ਵਾਲੇ ਨੂੰ, ਹੋ ਸਕਦਾ ਇਹ ਫਰੀਦਕੋਟ ਵੀ ਦੇਖਿਓ, ਹੋ ਸਕਦਾ ਮੋਗੇ ਦੇਖਿਓ, ਹੋ ਸਕਦਾ ਤਰਨ ਤਾਰਨ ਵੀ ਇਹਦਾ ਕੰਮ ਹੋਵੇ, ਸਾਰਿਆਂ ਨੂੰ ਫੜਾਂਗੇ, 300 ਦਿਨ ਦਾ ਖਰਚਾ ਹੋਵੇ।